ਵੀ ਪੰਜਵੀਂ ਚੋਂ ਇੱਕ ਫਸਟ ਆ ਗਿਆ ਇੱਕ ਸੈਕਿੰਡ ਆ ਗਿਆ ਪਰ ਛੇਵੀਂ ਦੇ ਵਿੱਚ ਗਏ ਨਹੀਂ ਮਤਲਬ ਸਕੂਲ 'ਚ ਨਹੀਂ ਗਏ ਟੀਚਰ ਨੇ ਪੰਜ ਸੱਤ ਦਿਨ ਦਸ ਦਿਨ ਸਪੀਕਰ ਸਾਹਿਬ ਵੇਟ ਕੀਤੀ ਦਸ ਗਿਆਰਾਂ ਦਿਨਾਂ ਬਾਅਦ ਜਿਹੜਾ ਟੀਚਰ ਸੀ ਕਿੰਨੀ ਡੈਡੀਕੇਸ਼ਨ ਸੀ ਟੀਚਰਾਂ ਦੀ ਇਹ ਗੱਲ ਮੈਂ ਦੱਸਣੀ ਚਾਹੁੰਦਾ ਮਾਸਟਰ ਕਾਲੀ ਚਰਨ ਉਹਨਾਂ ਦਾ ਨਾਮ ਸੀ ਸੁਨਾਮ ਤੋਂ ਸੀ ਉਹ ਘਰ ਗਏ ਸਾਡੇ ਕਹਿੰਦੇ ਵੀ ਤੁਹਾਡੇ ਦੋਨੇ ਬੱਚੇ ਆ ਨਹੀਂ ਰਹੇ ਉਹ ਤਾਂ ਫਸਟ ਸੈਕਿੰਡ ਆਏ ਨੇ ਤਾਂ ਮੇਰੀ ਦਾਦੀ ਸੀ ਘਰੇ ਉਹ ਕਹਿੰਦੀ ਭਾਈ ਖੇਤ ਗੱਲ ਕਰ ਲਓ ਇਹਨਾਂ ਦੇ ਪਿਓ ਨਾਲ ਤਾਂ ਖੇਤ ਚਲਿਆ ਗਿਆ ਟੀਚਰ ਤਾਂ ਮੇਰੇ ਡੈਡੀ ਹੋਰੀ ਅਤੇ ਮੇਰੇ ਚਾਚਾ ਜੀ ਕੋਈ ਛੋਟਾ ਮੋਟਾ ਕੰਮ ਕਰ ਰਹੇ ਸੀ ਉਸ ਉਮਰ ਮੁਤਾਬਕ ਜੋ ਵੀ ਤਾਂ ਟੀਚਰ ਨੇ ਕਿਹਾ ਮੇਰੇ ਦਾਦਾ ਜੀ ਨੂੰ ਕਿ ਤੇਰੇ ਦੋਨੇ ਬੱਚੇ ਬਹੁਤ ਇੰਟੈਲੀਜੈਂਟ ਨੇ ਸਕੂਲ ਭੇਜ ਇਹਨਾਂ ਨੂੰ ਕਹਿੰਦੇ ਵੀ ਮੈਂ ਤਾਂ ਖੇਤੀ ਦਾ ਕੰਮ ਕਰਾਉਣਾ ਨਹੀਂ ਨਹੀਂ ਤੂੰ ਮੈਂ ਲੈ ਕੇ ਜਾਣਾ ਇਹਨਾਂ ਨੂੰ ਤਾਂ ਦਾਦਾ ਜੀ ਕਹਿੰਦੇ ਇੱਕ ਨੂੰ ਲੈ ਜਾਣਾ ਚ ਫਿਰ ਉਹ ਮੇਰੇ ਡੈਡੀ ਨੂੰ ਲੈ ਗਏ ਮੇਰੇ ਡੈਡੀ ਐੱਮ ਏ ਬੀ ਐੱਸ ਸੀ ਬੀ ਐੱਡ ਅਤੇ ਮੇਰੇ ਚਾਚਾ ਜੀ ਪੰਜਵੀਂ ਪਾਸ ਰਹਿ ਗਏ ਜੇ ਕਿਤੇ ਉਹ ਟੀਚਰ ਉੱਤੇ ਨਾ ਆਉਂਦਾ ਖੇਤ ਤਾਂ ਸ਼ਾਇਦ ਮੇਰੇ ਡੈਡੀ ਵੀ ਪੰਜਵੀਂ ਪਾਸ ਹੀ ਰਹਿੰਦੇ ਕਿੰਨੇ ਹੀ ਰਹਿ ਗਏ ਹੋਣਗੇ ਤਾਂ ਸੋ ਟੀਚਰਾਂ 'ਚ ਵੀ ਆਪਾਂ ਇਹ ਡੈਡੀਕੇਸ਼ਨ ਭਰੀਏ ਕਿ ਤੁਹਾਡਾ ਕੰਮ ਇਕੱਲਾ 8 ਵਜੇ ਆ ਕੇ 2 ਵਜੇ ਜਾਣਾ ਨਹੀਂ ਹੈਗਾ ਤੁਹਾਡਾ ਕੰਮ ਫਿਊਚਰ ਬਣਾਉਣਾ ਲੋਕਾਂ ਦਾ ਔਰ ਹਾਂ ਉਸ ਤੋਂ ਬਾਅਦ ਕੀ ਹੋਇਆ ਮੈਂ ਫੇਮਸ ਹੋ ਗਿਆ ਕਲਾਕਾਰੀ ਤੌਰ 'ਤੇ ਬਦਲੀਆਂ ਸਭ ਤੋਂ ਔਖਾ ਕੰਮ ਹੈ ਜੀ ਹਰਜੋਤ ਬੈਂਸ ਜੀ ਨੂੰ ਪੁੱਛ ਕੇ ਦੇਖ ਲਓ ਹੁਣ ਬਦਲੀਆਂ ਦਾ ਕਿੱਥੇ ਕਿੱਥੇ ਕਰੋਂਗੇ ਸ਼ਹਿਰਾਂ ਦੇ ਨੇੜੇ 15 ਟੀਚਰ 12 ਬੱਚੇ ਸ਼ਹਿਰ ਦੇ ਨੇੜੇ ਕੋਈ ਵੀ ਅਗਲਾ ਕਹਿੰਦਾ ਚਲੋ ਆਪਣੀ ਜ਼ਿੰਦਗੀ ਤਾਂ ਲੰਘ ਗਈ ਜੋ ਆਖ ਨੂੰ ਪ੍ਰਾਈਵੇਟ 'ਚ ਪੜ੍ਹਾ ਲਈਏ ਸਰਕਾਰੀ ਤੋਂ ਯਕੀਨ ਹੀ ਉੱਠ ਗਿਆ ਡਾਕਟਰ ਸਾਹਿਬ 12 ਬੱਚੇ 15 ਟੀਚਰ ਥੋੜ੍ਹਾ ਜਿਹਾ ਪਿੰਡਾਂ ਵਾਲੇ ਪਾਸੇ ਚਲੇ ਜਾਓ 104 ਬੱਚੇ 2 ਟੀਚਰ ਇਹ ਰੇਸ਼ੋ ਅਸੀਂ ਠੀਕ ਕਰਨੀ ਹੈ ਅਸੀਂ ਹੁਣ ਉਹਨਾਂ ਨਾਲ ਗੱਲ ਕਰ ਲਈ ਤੁਹਾਨੂੰ ਪੱਕੇ ਵੀ ਕਰਾਂਗੇ ਤੁਹਾਡੀ ਮਨਮਰਜ਼ੀ ਤਨਖਾਹ ਦੇਵਾਂਗੇ ਛੁੱਟੀਆਂ ਵੀ ਪੇਡ ਹੋਣਗੀਆਂ ਮੈਟਰਨਿਟੀ ਲੀਵ ਵੀ ਮਿਲੂਗੀ ਤੁਹਾਨੂੰ ਵਾਧਾ ਵੀ ਕਰਾਂਗੇ ਹਰ ਸਾਲ ਤਨਖਾਹ 'ਚ ਪਰ ਤੁਹਾਨੂੰ ਪਿੰਡਾਂ 'ਚ ਆ ਕੇ ਪੜ੍ਹਾਉਣੇ ਪੈਣਗੇ ਬੱਚੇ ਪਹਿਲਾਂ ਟੀਚਰ ਪਿੰਡਾਂ 'ਚ ਰਹਿੰਦੇ ਹੁੰਦੇ ਸੀ ਕਿਹਦੇ ਘਰ ਕੋਈ ਟੀਚਰ ਹੈ ਸਾਰਾ ਪਿੰਡ ਉਹਦੇ ਲਈ ਸਬਜ਼ੀ ਸਾਗ ਮੂਲੀਆਂ ਗੰਨੇ ਲੈ ਕੇ ਜਾਂਦਾ ਹੁੰਦਾ ਸੀ ਆਹ ਰਿਸਪੈਕਟ ਹੁੰਦੀ ਸੀ ਸੋ ਟੀਚਰਾਂ ਦੀ ਵੀ ਰਿਸਪੈਕਟ ਬਹਾਲ ਕਰਨੀ ਹੈ ਬੱਚਾ ਹੁਣ ਪ੍ਰੋਬਲਮ ਇਹ ਹੈ ਪਹਿਲਾਂ ਜਾ ਕੇ ਕਹਿੰਦੇ ਹੁੰਦੇ ਸੀ ਦਾਖਲ ਕਰਾਉਣ ਜਾਂਦੇ ਸੀ ਭਾਈ ਅੱਜ ਤੋਂ 13 ਹੋ ਗਿਆ ਸ਼ਰਾਰਤਾਂ ਕਰੇ ਕੋਈ ਗਲਤ ਕਰੇ ਕੰਨ 'ਤੇ ਥੱਪੜ ਲਾ ਦੀ ਅੱਜ ਕੱਲ੍ਹ ਉਲਟਾ ਹੋ ਗਿਆ ਉਹ ਕਹਿੰਦੇ ਭਾਈ ਇਕੱਲਾ ਇਕੱਲਾ ਬਾਹਲਾ ਜਿੱਦੀ ਹੈ ਜੇ ਗਲਤੀ ਕੀਤੀ ਇਹਨਾਂ ਛੇੜੇ ਸਾਨੂੰ ਦੱਸ ਦਿਓ ਉਹ ਟੀਚਰ ਵੀ ਕਹਿੰਦਾ ਮੈਂ ਕੀ ਕਰਾਂ ਫਿਰ ਹੁਣ ਟੀਚਰਾਂ ਦੇ ਵੀ ਮੈਂ ਨਹੀਂ ਕਹਿੰਦਾ ਕਿ ਟੀਚਰ ਕੁੱਟਣ ਲੱਗ ਜਾਣ ਪਰ ਥੋੜ੍ਹਾ ਜਿਹਾ ਜਿਹੜੀ ਡਾਂਟ ਹੈ ਉਹ ਤੋਂ ਬਾਅਦ ਹੀ ਫਿਰ ਪੜ੍ਹਾਈ ਸ਼ੁਰੂ ਹੁੰਦੀ ਹੈ ਨਾ ਅੱਜ ਕੱਲ੍ਹ ਅਸੀਂ ਉਹਨਾਂ ਟੀਚਰਾਂ ਨੂੰ ਯਾਦ ਕਰਦੇ ਹਾਂ ਜਿਹੜੇ ਡੰਡਾ ਮੰਗਾਉਂਦੇ ਹੁੰਦੇ ਸੀਗੇ ਸੋ ਇਸ ਕਰਕੇ ਟੀਚਰ ਦਾ ਕਦੇ ਵੀ ਭਾਵਨਾ ਇਹ ਨਹੀਂ ਹੁੰਦੀ ਕਿ ਮੈਂ ਕੋਈ ਕੁੱਟੂੰਗਾ ਇਹਨਾਂ ਨੂੰ ਜਾਂ ਕੋਈ ਕਰੂੰਗਾ ਉਹ ਟੀਚਰ ਦੀ ਭਾਵਨਾ ਹੁੰਦੀ ਹੈ ਕਿ ਮੇਰੀ ਜਿਹੜੀ ਕਲਾਸ ਹੈ ਉਹ ਨੰਬਰ 1 ਹੋਵੇ ਉਹਦੇ 'ਚ ਸਾਰੇ ਬੱਚੇ ਫਸਟ ਆਉਣ ਸੋ ਟੀਚਰਾਂ ਦੀ ਰਿਸਪੈਕਟ ਵੀ ਮੈਂ ਅੱਜ ਵੀ ਮੈਂ ਤਾਂ ਸਰ ਮੈਨੂੰ ਕੋਈ ਟੀਚਰ ਮੇਰਾ ਟੀਚਰ ਮਿਲ ਜਾਂਦਾ ਤਾਂ ਮੈਂ ਪੈਰੀਆਂ ਹੱਥ ਲਾਉਣਾ ਕਿਉਂਕਿ ਤੁਸੀਂ ਕਦੇ ਵੀ ਜਿੱਡੇ ਮਰਜ਼ੀ ਵੱਡੇ ਅਹੁਦੇ 'ਤੇ ਚਲੇ ਜਾਓ ਕਦੇ ਵੀ ਆਪਣੇ ਉਸਤਾਦ ਤੋਂ ਆਪਣੇ ਕੋਚ ਤੋਂ ਆਪਣੇ ਟੀਚਰ ਤੋਂ ਆਪਣੇ ਮਾਂ ਪਿਓ ਤੋਂ ਅਤੇ ਆਪਣੇ ਬਚਪਨ ਦੇ ਦੋਸਤਾਂ ਤੋਂ ਵੱਡੇ ਨਹੀਂ ਹੋ ਸਕਦੇ ਬਹੁਤ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ ਪ੍ਰਸ਼ਨ ਹੈ ਕਿ ਦਾ ਪੰਜਾਬ ਯੂਨੀਵਰਸਿਟੀਜ਼ ਲਾਅ ਅਮੈਂਡਮੈਂਟ ਬਿੱਲ 2023 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪੱਖ ਦੀ ਜਿੱਤ ਹੈ ਹਾਂ ਪੱਖ ਦੀ ਜਿੱਤ ਹੈ ਪ੍ਰਸਤਾਵ ਸਰਬਸੰਮਤੀ ਹੈ ਜੀ